ਦਸ਼ਕੜ ਬ੍ਰੇਕ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡਾ ਪਹਿਲਾ ਫੇਸਬੁਕ ਮੈਸੇਜ ਆਇਆ ਹੈ ਜਗਮੀਤ ਸਿੰਘ ਜੀ ਦਾ ਜੀ ਮੈਲਬਰਨ ਆਸਟ੍ਰੇਲੀਆ ਤੋਂ ਇਹ ਲਿਖਦੇ ਹਨ ਕੱਲ ਮੈਂ ਆਪਣੀ ਸ਼ਿਫਟ ਦੌਰਾਨ ਇੱਕ ਨਵੀਂ ਵਰਕਰ ਨੂੰ ਮਿਲਿਆ ਉਹ ਸਕਾਟਲੈਂਡ ਤੋਂ ਸੀ ਮੈਂ ਉਸ ਨੂੰ ਸਕਾਟਲੈਂਡ ਦੇ ਰੈਫਰੰਡਮ ਬਾਰੇ ਪੁੱਛਿਆ ਅਤੇ ਇਹ ਵੀ ਦੱਸਿਆ ਕਿ ਸਿੱਖ ਵੀ ਫਰੀडम ਕਰਾਉਣ ਵੱਲ ਵਧ ਰਹੇ ਹਨ ਇਤਫਾਕ ਦੀ ਗੱਲ ਇਹ ਹੈ ਕਿ ਉਸ ਨੇ ਰੈਫਰੰਡਮ ਵਿਰੋਧੀ ਸਕਾਟਿਸ਼ ਲੋਕਾਂ ਵੱਲੋਂ ਕੀਤੀ ਜਾਂਦੀ ਆਲੋਚਨਾ ਲਈ ਉਹੀ ਸ਼ਬਦਾਵਲੀ ਵਰਤੀ ਜੋ ਸਿੱਖ ਡਾਇਸਪੋਰਾ ਖਿਲਾਫ ਵਰਤੀ ਜਾਂਦੀ ਹੈ ਪਹਿਲਾ ਤੁਸੀਂ ਸਕਾਟਲੈਂਡ ਵਿੱਚ ਆ ਕੇ ਕਿਉਂ ਨਹੀਂ ਲੜਦੇ ਦੂਸਰਾ ਸਕਾਟਲੈਂਡ ਚੱਲੇਗਾ ਕਿਵੇਂ ਤੀਸਰਾ ਸਕਾਟਲੈਂਡ ਦੀ ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਦਾ ਕੀ ਬਣੇਗਾ ਚੌਥਾ ਸਕਾਟਲੈਂਡ ਤੋਂ ਬਾਹਰ ਵਸਦੇ ਬਾਹਰ ਵਸਦੇ ਹੋ ਤੁਹਾਨੂੰ ਆਜ਼ਾਦੀ ਦੀ ਗੱਲ ਨਹੀਂ ਕਰਨੀ ਚਾਹੀਦੀ ਸਕਾਟਲੈਂਡ ਨੂੰ ਤੁਹਾਡੀ ਕੀ ਦੇਣ ਹੈ ਜੀ ਡਾਕਟਰ ਸਾਹਿਬ ਇਹਨਾਂ ਦਾ ਵੀਰ ਜਗਮੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਮੈਲਬਰਨ ਆਸਟ੍ਰੇਲੀਆ ਤੋਂ ਲਿਖਿਆ ਜੀ ਜਿਹੜੇ ਤੁਸੀਂ ਨੁਕਤੇ ਪੜੇ ਨੇ ਉਹਨਾਂ ਨਾਲ ਉਹਨਾਂ ਨੇ ਸਲੈਸ਼ ਪਾ ਕੇ ਖਾਲਸਤਾਨ ਸ਼ਬਦ ਹਰਥਾਂ ਤੇ ਲਿਖਿਆ ਜੀ ਕਿਉਂਕਿ ਉਹਨਾਂ ਨੇ ਇਹ ਕੰਪੈਰੀਸ਼ਨ ਦਿੱਤਾ ਕਿ ਜਿਵੇਂ ਡਾਇਸਪੋਰਸ ਸਿੱਖ ਕਿਉਂਕਿ ਜਦੋਂ ਸਕਾਟਲੈਂਡ ਦੇ ਰੈਫਰੈਂਡਮ ਦੇ ਲਈ ਸਕਾਟ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਨੇ ਵੀ ਜ਼ੋਰਦਾਰ ਲ lobby ਕੀਤੀ ਔਰ ਜਿਵੇਂ ਮੈਂ ਅੱਗੇ ਵੀ ਦੱਸਿਆ ਸੀ ਕਿ ਜਿਵੇਂ ਬਰੇਵ ਹਾਰਟ ਫਿਲਮ ਆਈ ਔਰ ਉਹਨਾਂ ਦੇ ਐਫਰਟਸ ਔਰ ਲੋਕਲੀ ਉਹਨਾਂ ਦੀ ਫਿਰ ਉਹਨਾਂ ਨੇ politcal ਪਾਰਟੀ ਬਣਾਈ ਸਕਾਟਿਸ਼ ਨੈਸ਼ਨਲਿਸਟ ਪਾਰਟੀ ਜੀ ਲੇਕਿਨ ਉਹਨਾਂ ਦੇ ਵਿੱਚ ਵੀ ਉਹੀ ਲੋਕ ਜਿਹੜੇ ਚਾਰ ਸਦੀਆਂ ਦੀ ਗੁਲਾਮੀ ਤੋਂ ਬਾਅਦ ਚਲੋ ਜਿਹੜੇ ਸਕਾਟਿਸ਼ ਜਿਹੜੇ ਨੇ ਸਵਾਲ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਚਾਰ ਸਦੀਆਂ ਹੋ ਗਈਆਂ 400 ਸਾਲ ਤੋਂ ਨੇ ਸਾਡਾ ਤਾਂ 67 ਸਾਲ ਆਲਿਆ ਨਹੀਂ ਸਾਡਾ ਕੰਮ ਕਰ ਦਿੱਤਾ ਹੋਇਆ ਇਸ ਕਿਸਮ ਦਾ ਕ੍ਰਿਟਿਸਿਜ਼ਮ ਔਰ ਕਟਿਆ ਲੈਵਲ ਤੇ ਜਾ ਕੇ ਉਹ ਸਾਰੀ ਸਟਰਗਲ ਨੂੰ ਨਿੰਦਣ ਤੱਕ ਜਾਂਦੇ ਨੇ ਜੀ ਔਰ ਚਾਰ ਨੁਕਤੇ ਉਹਨਾਂ ਨੇ ਦਿੱਤੇ ਨੇ ਅ ਪੰਜ ਜਿਹੜੇ ਮੁੱਢਲੇ ਤੌਰ ਤੇ ਉਹਨਾਂ ਨੇ ਕਿਹਾ ਵੀ ਆਹੀ ਸਵਾਲ ਪੁੱਛੇ ਜਾਂਦੇ ਨੇ ਹੁਣ ਉਹ ਬੀਬੀ ਨੇ ਸਕਾਟਿਸ਼ ਬੀਬੀ ਨੇ ਇਹਨਾਂ ਨੂੰ ਵੀਰ ਜਗਮੀਤ ਸਿੰਘ ਨੂੰ ਕਿਹਾ ਕਿ ਜੀ ਉਹਨਾਂ ਨੇ ਕਿਹਾ ਜੀ ਤੁਸੀਂ ਇੱਥੇ ਕਿਉਂ ਲੜਦੇ ਹੋ ਉੱਥੇ ਜਾ ਕੇ ਕਿਉਂ ਨਹੀਂ ਲੜਦੇ ਵੀ ਲੜਾਈ ਤਾਂ ਉੱਥੇ ਹੈ ਸਕਾਟਲੈਂਡ ਉੱਥੇ ਬਣਨਾ ਤੁਸੀਂ ਇੱਥੇ ਥੋੜੀ ਬਣਨਾ ਜੀ ਹੁਣ ਇਹੀ ਪਾਰਟ ਹੈ ਜਿਹੜੇ ਸਾਡੇ ਜਿਹੜੇ ਕੁਝ ਇਸ ਕਿਸਮ ਦੇ ਪਘੋੜੇ ਵੀਰ ਨੇ ਭੈਣਾ ਨੇ ਉਹ ਕਹਿਣਗੇ ਕਿ ਜੇ ਇੱਥੇ ਨਾਰੇ ਲਾਣ ਨਾਲ ਥੋੜੀ ਖਾਲਸਤਾਨ ਬਣਨਾ ਜੀ ਜਾਓ ਜੀ ਉੱਥੇ ਤੁਹਾਡੀ ਬੜੀ ਲੋੜ ਹੈ ਉੱਥੇ ਜਾਓ ਉਹਦਾ ਮਤਲਬ ਹੈ ਮਗਰੋਂ ਮਗਰੋਂ ਲਥੋ ਜਦੋਂ ਉਹ ਇਹ ਕਹਿ ਰਹੇ ਹੁੰਦੇ ਨੇ ਉਹਨਾਂ ਨੂੰ ਕੋਈ ਇਹ ਨਹੀਂ ਹੁੰਦੀ ਕਿ ਵੀਰਾਂ ਨੇ ਜਾ ਕੇ ਉੱਥੇ ਬਣਾ ਲੈਣਾ ਉਹਨਾਂ ਨੂੰ ਇਹ ਵੀ ਅੱਗੇ ਮਾਰ ਦੁੱਤੇ ਨੇ ਹੋਰ ਮੈਂ ਇਹੀ ਗੱਲ ਜਿਹੜੇ ਦੁਸ਼ਮਣ ਹੈ ਜਿਹੜੇ ਬਰਾਬਰ ਸਾਨੂੰ ਫੋਲੋ ਕਰਦੇ ਨੇ ਟੇਲ ਕਰਦੇ ਨੇ ਨਾਲ ਉਹ ਕਹਿਣਗੇ ਕਿ ਆਓ ਇੱਥੇ ਤੁਹਾਨੂੰ ਦਸੀਏ ਅਸੀਂ ਤੁਹਾਡਾ ਭੰਡਰਾ ਲਾ ਮਾਰਤਾ ਸੀ ਤੁਹਾਡੇ ਦੂਜੇ ਮਾਰਤੇ ਤੁਸੀਂ ਆਓ ਅਸੀਂ ਤੁਹਾਨੂੰ ਉਡਾਵਾਂਗੇ ਜੀ ਸੋ ਜ਼ਾਰੇ ਹੈ ਕਿ ਇਹ ਜਿਹੜਾ ਪਗੋੜਾ ਕਲਾਸ ਹੁੰਦੀ ਹੈ ਜਿਹੜੀ ਸਕਾਟਿਸ਼ ਲੋਕਾਂ ਚ ਡਾਇਸਪੋਰਾ ਚ ਐ ਐਗਜ਼ੈਕਟਲੀ ਉਹੀ ਨਸਲ ਸਾਡੇ ਚ ਵੀ ਐ ਫਿਰ ਦੂਸਰਾ ਸਵਾਲ ਕੀ ਜੀ ਚੱਲੇਗਾ ਕਿਵੇਂ ਜੀ ਤੁਸੀਂ ਸਕਾਟਲੈਂਡ ਇੰਗਲੈਂਡ ਦੇ ਨਾਲ ਤੁਹਾਨੂੰ ਤਾਂ ਇਨੀਆਂ ਟੈਕਸ ਰਿਬੇਟ ਮਿਲਦੀਆਂ ਇਨਾ ਫਲਾਣਾ ਮਿਲਦਾ ਹੈ ਤੁਹਾਡੀ ਇਕਨੋਮੀ ਕਿਵੇਂ ਚੱਲੇਗੀ ਜਿਵੇਂ ਸਾਨੂੰ ਹੁਣ ਉੱਥੇ ਸਕਾਟਲੈਂਡ ਨੂੰ ਇਹ ਤਾਂ ਨਹੀਂ ਕਹਿ ਸਕਦੇ ਤੁਹਾਡੇ ਨਾਲ ਸਮੁੰਦਰ ਨਹੀਂ ਲੱਗਦਾ ਉਹਦੇ ਸਮੁੰਦਰ ਚ ਤੇਲ ਮਿਲਿਆ ਰਹਾ ਦਾ ਜੀ ਜੀ ਸੰਤਾ ਜੀ ਕਹਿੰਦਾ ਜੀ ਸਮੁੰਦਰ ਕਿੱਥੇ ਲੱਗਦਾ ਉਹ ਜਿਸ ਇੱਕ ਬਾਬੇ ਦੀ ਗੱਲ ਸੁਣਾਉਂਦਾ ਉਹ ਜਿਹੜਾ ਉਹਨੇ ਪੁੱਛਿਆ ਕਹਿੰਦਾ ਤੈਂ ਡੁੱਬਣਾ ਸੋ ਲੇਕਨ ਉਹਨਾਂ ਨੂੰ ਤੁਸੀਂ ਜਦੋਂ ਅੱਗੋਂ ਕਾਊਂਟਰ ਕਰੋ ਜੀ ਦੁਨੀਆ ਦੀਆਂ 100 ਪਲੱਸ ਕੰਟਰੀਜ਼ ਲੈਂਡਲੌਕਡ ਨੇ ਜਿਹੜੀਆਂ ਚਾਰਚ ਫਿਰ ਇਹ ਸਮੁੰਦਰ ਨਹੀਂ ਲੱਗਦਾ ਹਵਾਈ ਸਪੇਸ ਜਿਹੜਾ ਉਹ ਕਿਹਦਾ ਕਿਹਦੇ ਨਾਲ ਲੱਗਦਾ ਪਰ ਦੁਨੀਆ ਦੇ ਵਿੱਚ ਰੂਲ ਬਣੇ ਨੇ ਕਿ ਵੀ ਤੁਸੀਂ ਕਿਸੇ ਨੂੰ ਕਿਸੇ ਦੇ ਹਵਾਈ ਸਪੇਸ ਨੂੰ ਰੋਕ ਨਹੀਂ ਸਕਦੇ ਸਮੁੰਦਰ ਦੇ ਪਾਣੀਆਂ 'ਚ ਕਿਹੜੇ ਇੰਟਰਨੈਸ਼ਨਲ ਵਾਟਰਸ 'ਤੇ ਤੁਸੀਂ ਜਾ ਸਕਦੇ ਹੋ ਫਿਰ ਜਿੱਥੇ ਤੁਸੀਂ ਅਨਲੋਡਿੰਗ ਕਰਦੇ ਹੋ ਉੱਥੋਂ ਜੇ ਤੁਸੀਂ ਟਰਾਂਜ਼ਿਟ ਰੂਟ ਲੈਣਾ ਹੈ ਕੋਈ ਦੇਸ਼ ਉਹਨੂੰ ਟਰਾਂਜ਼ਿਟ ਰੂਟ ਨੂੰ ਰੋਕ ਨਹੀਂ ਸਕਦਾ ਇਹ ਟ੍ਰੀਟিজ ਨੇ ਸਮੁੰਦਰ ਦੇ ਪਾਣੀਆਂ ਦੀਆਂ ਨੇ ਧਰਤੀ ਦੀਆਂ ਨੇ ਅਸਮਾਨ ਦੀਆਂ ਨੇ ਲੇਕਿਨ ਜਦੋਂ ਕੋਈ ਕਹਿਣਾ ਹੀ ਹੈ ਕਿ ਜੀ ਇਕਨੋਮੀ ਕਿੱਥੋਂ ਚੱਲੇਗੀ ਜੀ ਉਹਨਾਂ ਨੂੰ ਕਹੋ ਜੀ ਸਾਡਾ ਇਨਾ ਫਰਟਲ ਸਾਡਾ ਏਰੀਆ ਦੂਜਾ ਉੱਥੇ ਐਗਰੀਕਲਚਰ ਹੀ ਹੁੰਦਾ ਹੈ ਜੀ ਉਹਨਾਂ ਨੂੰ ਕਹੋ ਜੀ ਤੁਸੀਂ ਕਿਹੜਾ ਕਲਚਰ ਚਾਹੁੰਦੇ ਕਿ ਭਾਈ ਜੇ ਜਿਹਦੇ ਕੋਲ ਖਾਣ ਨੂੰ ਰੋਟੀ ਹੈ ਕਿੰਨਿਆਂ ਕੁਝ ਤੁਹਾਡਾ ਐਗਰੋ بیس ਤੁਹਾਡੀ ਸਾਰੀ ਇੰਡਸਟਰੀ ਜਿਹੜੀ ਹੈ ਸਕੈਂਡੀਨੇਵੀਅਨ ਦੂਜੇ ਕੰਟਰੀਜ਼ ਡੇਰੀ ਪ੍ਰੋਡਕਟਸ ਦੇ ਸਿਰ ਦੇ ਉੱਤੇ ਹੀ ਕੁਝ ਦੇਸ਼ਾਂ ਦੀ ਇਕਨੋਮੀ ਹੈ ਕੁਝ ਜਿਹੜੇ ਨੇ ਉਹ ਬਨਾਣੇ ਵੇਚ ਕੇ ਜਿਹੜੇ ਕੇਲੇ ਹੁੰਦੇ ਨੇ ਉਹਨਾਂ ਦੇ ਸਿਰ ਦੇ ਉੱਤੇ ਹੀ ਉਹਨਾਂ ਦੀ ਜਿਹੜੀ ਐਕਸਪੋਰਟ ਕਿਤੇ ਦੀ ਕਿਤੇ ਹੁੰਦੀ ਹੈ ਇਜ਼ਰਾਈਲ ਵਰਗਾ ਛੋਟਾ ਜਿਹਾ ਇਲਾਕਾ ਜਿੱਥੇ ਨਾ ਤੇਲ ਹੈ ਨਾ ਪਾਣੀ ਹੈ ਉਨਾ ਨੇ ਦੁਨੀਆ ਦਾ ਚੌਥਾ ਵੱਡਾ ਆਰਮਡ ਐਕਸਪੋਰਟਰ ਬਣਿਆ ਹੋਇਆ ਹੈ ਜੀ ਔਰ ਪੰਜਾਬ ਦੇ ਵਿੱਚ ਤਾਂ ਜਿਸ ਕਿਸਮ ਦੀ ਸਾਡੀ ਫਰਟਲ ਜ਼ਮੀਨ ਹੈ ਹਾਰਟੀਕਲਚਰ ਐਗਰੀਕਲਚਰ ਇੰਡਸਟਰੀ ਮੈ ਲੁਧਿਆਣੇ ਦੇ ਹਵਾਲੇ ਨਾਲ ਪੜ ਰਿਹਾ ਸੀ ਵੀ ਇੱਕ ਸਟੇਜ ਤੇ ਜਿਹੜੀ ਜਾਪਾਨ ਦੇ ਜਿੰਨੇ ਇੱਕ ਬਣਾਉਂਦੇ ਸੀ 70s ਦੀ ਗੱਲ ਕਿਸੇ ਨੇ ਆਰਟੀਕਲ ਲਿਖਿਆ ਆਇਆ ਸੀ ਉਹਨੇ ਕਿਹਾ ਜੀ ਉਹ ਆਪਣਾ ਪ੍ਰੋਡਕਟ ਜਾਪਾਨੀ ਜਿਹੜੇ ਮੈਨੂਫੈਕਚਰ ਲੁਧਿਆਣੇ ਨਹੀਂ ਸੀ ਭੇਜਦੇ ਕਿ ਲੁਧਿਆਣੇ ਚ ਉੱਥੇ ਬੈਠੇ ਨੇ ਜਿਹੜੇ ਨੇ ਉਹ ਜਿੱਦਾਂ ਦਾ ਪੁਰਜਾ ਅਗਲੇ ਤੋਂ ਉਹਨਾਂ ਨੇ ਉਦਾਂ ਦਾ ਬਣਾ ਲੈਣਾ ਕਈ ਵਾਰੀ ਅਸਲੀ ਕੰਮ ਨਹੀਂ ਕਰਦਾ ਦੂਜਾ ਕੰਮ ਕਰਦਾ ਸੋ ਸਾਡੀ ਇੰਡਸਟਰੀ ਦੇ ਲੁਧਿਆਣਾ ਹੋਏ ਬਟਾਲਾ ਹੋਏ ਕਿਸੇ ਜ਼ਮਾਨੇ ਚ ਗੋਵਿੰਦਗੜ੍ਹ ਲੋਹੇ ਦਾ ਸਭ ਤੋਂ ਵੱਡੇ ਜਿਹੜੀ ਆ ਉਹ ਰਿਆ ਹੁਣ ਖਣਕਦੀ ਸਾਹਿਬ ਖੰਨਾ ਸਭ ਤੋਂ ਵੱਡੀ ਮੰਡੀ ਐ ਇਸ ਏਸ਼ੀਆ ਦੇ ਸੋ ਲੇਕਿਨ ਜਦੋਂ ਤੁਹਾਡੇ ਮਨ ਦੇ ਵਿੱਚ ਹੀ ਇਹ ਬੇਈਮਾਨੀ ਭਰੀ ਹੋਈ ਐ ਵੀ ਤੁਸੀਂ ਕਿਸੇ ਚੀਜ਼ ਨੂੰ ਡਾਊਨ ਗ੍ਰੇਡ ਕਰਨਾ ਐ ਜਾਂ ਉਹਨੂੰ ਐਕਸੈਪਟ ਨਹੀਂ ਕਰਨਾ ਫਿਰ ਇਦਾਂ ਦੀਆਂ ਗੱਲਾਂ ਕਰਨਗੇ ਫੇਰ ਕਹ ਜੀ ਉਹ ਜਿਵੇਂ ਸਾਡੇ ਕਈ ਪੁੱਛਣਗੇ ਕਹ ਜੀ ਇਹ ਖਾਲਸਾਤਨ ਤਾਂ ਬਣ ਗਿਆ ਹਿੰਦੂਆਂ ਦਾ ਕੀ ਬਣੇਗਾ ਉਹ ਕਹਿੰਦਾ ਵੀ ਉਹ ਉਹ ਸਕਾਟਲੈਂਡ ਨੇ ਕਹਿਣਗੇ ਜੀ ਇੱਥੇ ਅੰਗਰੇਜ਼ਾਂ ਦਾ ਕੀ ਬਣੇਗਾ ਜੇ ਸਕਾਟਲੈਂਡ ਬਣ ਗਿਆ ਉਹ ਤੁਸੀਂ ਆਪਣਾ ਪਹਿਲਾਂ ਇਹ ਬਚਾਓ ਆਪਣਾ ਸਿਰ ਜੁੱਤੀਆਂ ਪੈ ਰਹੀਆਂ ਨੇ ਤੁਹਾਨੂੰ ਤੁਸੀਂ ਤੁਹਾਨੂੰ ਬੀਤੇ ਦਾ ਨਹੀਂ ਪਤਾ ਵੀ ਅਸੀਂ ਆਪਣੇ ਰਾਜ ਘਟ ਗਣਤੀਆਂ ਦੇ ਨਾਲ ਕਿਉਂ ਜਿਆ ਸਲੂਕ ਕੀਤਾ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਹੋਏ ਸਿੱਖ ਮਿਸਲਾਂ ਦਾ ਹੋਏ ਸੋ ਜਿੱਥੇ ਸਾਡੀ ਹਿਸਟਰੀ ਹੈ ਕਿ ਵੀ ਅਸੀਂ ਤਾਂ ਕੋਈ ਸਿੱਖ ਕਿਵੇਂ ਪਿੱਟ ਕਰ ਸਕਦੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਦੇ ਆਂ ਬਾਬਾ ਫਰੀਦ ਬੈਠੇ ਨੇ ਪੰਡਤ ਰਾਮਾਨੰਦ ਬੈਠੇ ਨੇ ਕਬੀਰ ਜੀ ਬੈਠੇ ਨੇ ਕਿਵੇਂ ਅਸੀਂ ਇਸ ਗੱਲ ਨੂੰ ਲੈ ਸਕਦੇ ਆਂ ਕਿ ਭਾਈ ਦੂਸਰਿਆਂ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਧਾਰਮਿਕ ਆਜ਼ਾਦੀ ਦੇ ਲਈ ਸ਼ਹਾਦਤ ਦਿੱਤੀ ਹੁਣ ਬੀਤਾ ਸਾਹਮਣੇ ਆ ਇਤਿਹਾਸ ਪਰੰਪਰਾ ਸਾਹਮਣੇ ਆ ਪਰ ਜੇ ਕਿਸੇ ਦਾ ਜਿਵੇਂ ਸਰਖਪੂਰ ਸਿੰਘ ਕਹਿੰਦੇ ਨੇ ਕਈ ਤਾਂ ਇਹਨਾਂ ਨੂੰ ਚਤਰਾਹਦ ਆਰੀ ਨੇ ਜਿਨ੍ਹਾਂ ਦੇ ਬ੍ਰੇਨ ਵਾਸ਼ ਕੀਤੇ ਹੋਏ ਨੇ ਇੰਡੀਅਨ ਸਿਸਟਮ ਦੇ ਗੁਲਾਮ ਨੇ ਤੇ ਜੇ ਕਿਸੇ ਦੀ ਤਨਖਾਹ ਇਸ ਗੱਲ ਤੇ ਡਿਪੈਂਡ ਕਰਦੀ ਹੈ ਕਿ ਉਹਨੇ ਕਿਸੇ ਗੱਲ ਨੂੰ ਨਹੀਂ ਸਮਝਣਾ ਤਾਂ ਉਹ ਤੁਸੀਂ ਕਿਵੇਂ ਸਮਝਾ ਸਕਦੇ ਹੋ ਫਿਰ ਉਹ ਕਹਿਣਗੇ ਕਿ ਜੀ ਇਹ ਜਿਹੜੇ ਬਾਹਰ ਵੱਸਦੇ ਨੇ ਇਹਨਾਂ ਦੀ ਕੀ ਦੇਣ ਹੈ ਤੁਹਾਡੀ ਕੰਟ੍ਰਿਬਿਊਸ਼ਨ ਕੀ ਹੈ ਹੁਣ ਇਹੀ ਗੱਲ ਉਹ ਇਹ ਬਾਹਰल्याਾਂ ਦੀ ਕੰਟ੍ਰਿਬਿਊਸ਼ਨ ਹੈ ਜੇ ਅੱਜ ਪੰਜਾਬ ਦੇ ਚੁੱਲਿਆਂ ਤੇ ਰੋਟੀ ਬਣਦੀ ਹੈ ਨਹੀਂ ਤਾਂ ਜੋ ਕਿਲਾ ਕਿਲਾ ਅਦਾ ਅਦਾ ਕਿਲਾ ਜ਼ਮੀਨ ਰਹਿ ਗਈ ਹੈ ਉੱਥੇ ਔਰ ਨੌਕਰੀਆਂ ਨਹੀਂ ਨੇ ਜੇ ਅੱਜ ਪੰਜਾਬ ਦੇ ਵਿੱਚ ਮਾੜਾ ਮੋਟਾ ਅਜੇ ਵੀ ਇਹਦੇ باوجود ਕਿ ਸੁਸਾਇਸਾਈਡ ਹੋ ਰਹੇ ਨੇ ਕਿਸਾਨ ਕਰ ਰਹੇ ਨੇ ਜੇ ਉੱਥੇ ਚੁੱਲਿਆਂ ਤੇ ਰੋਟੀ ਪੱਕਦੀ ਹੈ ਪਹਿਲਾਂ ਤਾਂ ਉਸ ਧਰਤੀ ਦੇ ਮੁੰਡੇ ਹੀ ਬਾਹਰ ਨਿਕਲੇ ਸੀ ਹੁਣ ਕਿੰਨੀ ਵੱਡੀ ਗਿਣਤੀ ਚ ਬੱਚੀਆਂ ਜੜੀਆਂ ਨੇ ਉਹ ਵਿਚਾਰੀਆਂ ਪੇਰੈਂਟਸ ਨੇ ਦਾ ਵੱਲ ਦੇਖ ਕੇ ਵੀ ਕੀ ਹੈ ਉੱਥੇ ਚਲੋ ਚੰਗੀ ਗੱਲ ਹੈ ਔਰਤਾਂ ਨੂੰ ਐਜੂਕੇਸ਼ਨ ਹੋਈ ਆਸਟ੍ਰੇਲੀਆ ਹੋਏ ਨਿਊਜ਼ੀਲੈਂਡ ਹੋਏ ਇੰਗਲੈਂਡ ਹੋਏ ਕਿੰਨੇ ਵੱਡੇ ਪੈਮਾਨੇ ਤੇ ਉਹ ਬੱਚੀਆਂ ਨੇ ਜਿਨ੍ਹਾਂ ਨੇ ਆ ਕੇ ਪਿੱਛੇ ਆਪਣੀਆਂ ਫੈਮਲੀਆਂ ਨੂੰ ਸਟੇਬਲ ਕੀਤੇ ਜੀ ਤੇ ਜਿਹੜੇ ਬੱਚੇ ਬੱਚੀਆਂ ਇਥੋਂ ਜਿਹੜੇ ਇਥੋਂ ਵਾਲੇ ਬਾਹਰਲੇ ਡਾਇਸਪੋਰਾ 100 ਸਾਲ ਤੋਂ ਬਾਹਰ ਆਏ ਨੇ ਸਿੱਖ ਉਹਨਾਂ ਦੀ ਬਦੌਲਤ ਉੱਥੇ ਜੇ ਅੱਜ ਸਸਟੇਨ ਹੋ ਰਿਹਾ ਤੇ ਇੱਕ ਵਾਰੀ ਸਾਡਾ ਆਪਣਾ ਦੇਸ਼ ਹੋਇਆ ਉਹ ਤਾਂ ਜਿਹੜੀ ਉੱਥੇ ਤੁਹਾਡੀ ਇਨਵੈਸਟਮੈਂਟ ਹੈ ਉਹ ਇੰਡਸਟਰੀਅਲ ਹਵਾਲੇ ਨਾਲ ਹੋਏ ਇੱਕ ਇੱਕ ਸਿੱਖ ਸਾਲ ਦੇ ਵਿੱਚ ਦੋ ਵਾਰੀ ਜਾਂ ਇੱਕ ਵਾਰੀ ਹਰਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਲਈ ਚਲਾ ਜਾਏ ਤੇ ਤੁਸੀਂ ਫੋਰਨ ਐਕਸਚੇਂਜ ਦੇ ਜਿਹੜੇ ਹੈ ਉਪਰ ਦੇਓਗੇ ਕਾਫਰ ਸਾਰੇ ਜੀ ਸੋ ਮੈਂ ਸਮਝਦਾ ਹਾਂ ਵੀ ਇਹਹੀ ਜਿਹੜਾ ਪਾਰਟ ਉਧਰ ਕ੍ਰਿਟਿਸਿਜ਼ਮ ਤਾਂ ਹੁੰਦਾ ਹੈ ਸੋ ਇਧਰ ਵੀ ਹੈ ਸੋ ਇੱਕ ਗੱਲ ਦੀ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਵੀ ਖਾਲਸਤਾਨ ਦੇ ਕ੍ਰਿਟਿਕ ਸਿਰਫ ਸਾਡੇ ਚ ਹੀ ਨਹੀਂ ਨੇ ਸਕਾਟਿਸ਼ ਵੀਰੇ ਦੇ ਬੜਿਆਂ ਨੇ ਵੀ ਜਿਹੜੇ ਨੇ ਇਦਾਂ ਦੇ ਭਾਈ ਪੈਣਾ ਉੱਥੇ ਬੈਠੇ ਨੇ ਤੋਂ ਘੱਟੋ ਘੱਟ ਇਸ ਗੱਲ ਦੀ ਸਾਨੂੰ ਤਸੱਲੀ ਹੋਣੀ ਚਾਹੀਦੀ ਵੀ ਇਹ ਨਾਲ ਨਾਲ ਹੀ ਰਹਿੰਦੇ ਹੁੰਦੇ ਨੇ ਇਹਨਾਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਜੀ ਦਾ ਜਗਮੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਦਾ ਸਰਸ ਨਾਲ ਲੈਣੇ ਬ੍ਰੇਕ ਈਵਰਸ ਤੁਸੀਂ ਕਿਤਨੀ ਜਾਣਾ ਮਿਲਦਿਆਂ ਛੋਟੇ ਜਿਹੇ ਕਮਰਸ਼ਲ ਬ੍ਰੇਕ ਤੋਂ ਬਾਅਦ